ਮੈਂ ਹੁਣ ਤਲਵੰਡੀ ਸਾਬੋ ਦੇ ਨੇੜੇ ਤੇੜੇ ਪਹੁੰਚ ਗਿਆ ਹਾਂ। ਕੱਲ੍ਹ ਸਾਡਾ ਸਰਬੱਤ ਖਾਲਸਾ ਹੈਗਾ। ਆਪਣੀ ਪੂਰੀਆਂ ਕੋਸ਼ਿਸ਼ਾਂ ਕਰਨੀ ਹੈ ਕਿ ਜਿਹੜਾ ਬਾਦਲ ਅਤੇ ਸੈਂਟਰ ਦੀ ਹਕੂਮਤ BJP RSS ਨੇ ਸਾਨੂੰ ਸਰਬੱਤ ਖਾਲਸਾ, ਸਾਡੀ ਜਿਹੜੀ ਰਿਲੀਜੀਅਸ ਫਰੀਡਮ ਹੈ, ਧਾਰਮਿਕ ਆਜ਼ਾਦੀ ਹੈ, ਇਹਦੇ ਉੱਤੇ ਛਾਪਾ ਮਾਰਿਆ ਹੋਇਆ ਔਰ ਸਾਰੇ ਸਿੱਖਾਂ ਨੂੰ ਸਰਬੱਤ ਖਾਲਸਾ 'ਤੇ ਪਹੁੰਚਣ ਦੇ ਲਈ ਬਹੁਤ ਜ਼ਿਆਦਾ ਵੱਡਾ ਪੁਲਿਸ ਅਤੇ ਪੈਰਾਮਿਲਟਰੀ ਫੋਰਸਿਸ ਦੇ ਨਾਲ ਘੇਰਿਆ ਹੋਇਆ। ਪਰ ਖੁਸ਼ੀ ਦੀ ਗੱਲ ਇਹ ਹੈ ਕਿ ਜਸਕਰਨ ਸਿੰਘ ਜੀ ਅਤੇ ਬਾਬਾ ਜਨਾਲਾ ਸਾਹਿਬ ਦਾ ਜਿਹੜੀ ਬੱਸ ਹੈ ਜਿਹਦੇ ਵਿੱਚ ਪਾਲਕੀ ਹੈ ਉਹ ਉੱਥੇ ਮੈਦਾਨ ਦੇ ਵਿੱਚ ਪਹੁੰਚੀ ਹੋਈ ਹੈ ਔਰ ਅਖੰਡ ਪਾਠ ਸਾਹਿਬ ਖੁੱਲ੍ਹੇ ਹੋਏ ਹੈ, ਜਿਹਦੀ ਅਰਦਾਸ ਕੱਲ੍ਹ ਕਰਨਗੇ। ਅਤੇ ਸਰਦਾਰ ਜਸਕਰਨ ਸਿੰਘ ਉੱਥੇ ਬੜੀ ਦਲੇਰੀ ਦੇ ਨਾਲ ਉੱਥੇ ਬੈਠੇ ਹੋਏ ਹੈ। ਮੈਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਖਾਸ ਮੁੱਦੇ ਸਾਡੇ ਕੋਲ ਹੈਗੇ ਹੈ ਉਹ ਹੈਗੇ ਹੈ ਕਿ ਖਾਲਿਸਤਾਨ ਇੱਕ ਇੰਡੀਪੈਂਡੈਂਟ ਆਜ਼ਾਦ ਸਿੱਖ ਸੋਚ ਦੀ ਸੋਵਰਨ ਬਾਦਸ਼ਾਹੀ ਸਾਡੀ ਬਣ ਜਾਵੇ, ਜਿਹਦੇ ਨਾਲ ਇਸਲਾਮਿਕ ਪਾਕਿਸਤਾਨ ਜਿਹਦੇ ਕੋਲ ਨਿਊਕਲੀਅਰ ਪਰਮਾਣੂ ਹਥਿਆਰ ਹਨ, ਫਿਰ ਹਿੰਦ ਹਕੂਮਤ ਇੰਡੀਆ ਜਿਹਦੇ ਕੋਲ ਨਿਊਕਲੀਅਰ ਹਥਿਆਰ ਹਨ, ਅਤੇ ਉੱਤੇ ਪਹਾੜ ਵਾਲੇ ਪਾਸੇ ਕੌਮਰੇਡ ਚੀਨ ਹੈ ਜਿਹਦੇ ਕੋਲ ਨਿਊਕਲੀਅਰ ਵੈਪਨਸ ਹੈਗੇ ਹੈ, ਪਰਮਾਣੂ ਹਥਿਆਰ ਹੈਗੇ ਹੈ। ਇਹਨਾਂ ਤਿੰਨਾਂ ਕੌਮਾਂ ਦਾ ਇੱਕ ਕੁੱਤੇ ਦਾ ਵੈਰ ਹੈ ਅਤੇ ਜੇ ਇਹ ਇੱਕ ਦੂਜੇ ਦੇ ਨਾਲ ਭਿੜ ਗਈਆਂ ਅਤੇ ਜਿਹੜੀ ਸਿੱਖ ਹੋਮਲੈਂਡ ਹੈ, ਜਿਹੜੀ ਸਾਡੀ ਸਿੱਖਾਂ ਦੀ ਜਾਇਦਾਦ ਹੈ ਜਿੱਥੇ ਅਸੀਂ ਰਹਿੰਦੇ ਹਾਂ, ਇਹ ਬਿਲਕੁਲ ਬਰਬਾਦ ਹੋ ਜੂਗੀ। ਸਾਡੇ ਜਿਹੜੇ ਇਲਾਕੇ ਹੈ, ਰਾਜਸਥਾਨ ਹੈ, ਫਿਰ ਹਿਮਾਚਲ ਹੈ, ਚੰਡੀਗੜ੍ਹ ਹੈ, ਜੰਮੂ ਕਸ਼ਮੀਰ ਹੈ, ਲੇਹ ਲਦਾਖ ਹਨ, ਇਹ ਸਾਡੀ ਬਫਰ ਸਟੇਟ ਬਣੂਗੀ ਇਹਨਾਂ ਹਕੂਮਤਾਂ ਦੇ ਵਿਚਾਲੇ, ਜਿਹਦੇ ਨਾਲ ਅਸੀਂ ਹਮੇਸ਼ਾ ਸੁਖੀ ਅਤੇ ਸ਼ਾਂਤ ਅਤੇ ਅਮਨ ਦੇ ਨਾਲ ਰਹਾਂਗੇ। 46 ਲੱਖ ਸਾਡੇ ਨੌਜਵਾਨ ਬੇਰੁਜ਼ਗਾਰ ਹੈ, ਜਿਹੜੇ ਬਾਹਰ ਦੇ ਕੰਟਰੀਜ਼ ਮੁਲਕਾਂ ਨੂੰ ਭੱਜ ਰਹੇ ਹੈ, ਇਹ ਵੀ ਸਾਰੇ ਅਸੀਂ ਵਿੱਚ ਹੀ ਖਾਲਿਸਤਾਨ ਦੇ ਵਿੱਚ ਖਪਤ ਕਰ ਲਾਂਗੇ, ਸਾਰਿਆਂ ਨੂੰ ਨੌਕਰੀਆਂ ਮਿਲਣਗੀਆਂ। ਜਿਹੜੇ ਬਿਜ਼ਨਸਮੈਨ ਨੇ, ਵਪਾਰ ਕਰਦੇ ਆ ਸਾਡੇ ਹਿੰਦੂ ਭਰਾ, ਉਹਨਾਂ ਦੇ ਲਈ ਬਹੁਤ ਵੱਡੇ ਮੈਦਾਨ ਖੁੱਲ੍ਹ ਜਾਣਗੇ ਵਪਾਰ ਕਰਨ ਦੇ ਲਈ। ਮੁਸਲਮਾਨ ਵੀ ਸੁੱਖ ਅਤੇ ਚੈਨ ਦੀ ਨੀਂਦ ਦੇ ਨਾਲ ਇੱਥੇ ਵਸਣਗੇ, ਸਾਰੀਆਂ ਕੌਮਾਂ ਬਹੁਤ ਅੱਛੀ ਤਰ੍ਹਾਂ ਰਹਿਣਗੀਆਂ। ਤਾਂ ਮੈਂ ਤੁਹਾਡੇ ਕੋਲ ਹੱਥ ਜੋੜ ਕੇ ਫਿਰ ਬੇਨਤੀ ਕਰਦਾ ਕਿ ਤੁਸੀਂ ਕੱਲ੍ਹ ਕੋਸ਼ਿਸ਼ ਜ਼ਰੂਰ ਕਰੋ, ਜਿਵੇਂ ਵੀ ਹੋ ਸਕਦਾ ਤੁਸੀਂ ਮੈਦਾਨ ਦੇ ਵਿੱਚ ਪਹੁੰਚੋ। ਜੇ ਤੁਹਾਨੂੰ ਕੋਈ ਰੁਕਾਵਟ ਲੱਗੇ ਤਾਂ ਫਿਰ ਜਿਹੜਾ ਪ੍ਰੈਜ਼ੀਡੈਂਟ ਆਫ ਭਾਰਤ ਹੈ ਪ੍ਰਣਬ ਮੁਖਰਜੀ, ਉਸ ਨੂੰ ਈਮੇਲ ਰਾਹੀਂ ਦੱਸੋ ਕਿ ਸਾਡੇ ਜਿਹੜੇ ਧਾਰਮਿਕ ਹੱਕ ਹੈ ਉਹਨਾਂ ਨੂੰ BJP RSS ਅਤੇ ਬਾਦਲ ਦਲ ਨੇ ਬਿਲਕੁਲ ਖਤਮ ਕਰ ਦਿੱਤਾ, ਜਿਵੇਂ ਜ਼ਕਰੀਆ ਖਾਨ ਕਰਦਾ ਸੀ। ਉਸ ਲੈਵਲ ਦੇ ਉੱਤੇ ਸਾਡੀ ਤਬਾਹੀ ਹੋ ਦਿੱਤੀ ਪਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।